ਅਜੇ ਇਹਨਾਂ ਭੱਠੀ ਬਰਾਦਰਾਂ ਨੂੰ ਪੁੱਛਣੇ ਆ ਜੇ ਜਿਨ੍ਹਾਂ ਦਾ ਵੀਰ ਇਸ ਦੁਨੀਆਂ ਤੋਂ ਚਲੇ ਗਿਆ, ਜਿਨ੍ਹਾਂ ਦਾ ਭਾਈ ਇਸ ਦੁਨੀਆਂ ਤੋਂ ਚਲੇ ਗਿਆ। ਬਾਬਾ ਜੀ ਪੈਗਾਮ ਦੇ ਕੇ ਜਾ ਰਿਹਾ ਵਾਂ, ਕਦੀ ਵੀਰਾਂ ਨਾਲ ਭਰਾਵ ਜੀ ਤੋਂ ਨਾ ਲੜੇ ਆ ਜੇ, ਕਦੀ ਵੀਰਾਂ ਨਾਲ ਮਖਾਂ ਤੋਂ ਨਾ ਲੜੇ ਆ ਜੇ। ਇਹ ਦੁਨੀਆਂ ਦੀ ਜਾਇਦਾਦ, ਇਹ ਦੁਨੀਆਂ ਦੇ ਮਖਾਮ, ਇਹ ਦੁਨੀਆਂ ਦੇ ਭਰਾਟ ਇੱਥੇ ਹੀ ਰਹਿ ਜਾਣੇ ਜੇ। ਇਹ ਜਦੋਂ ਵੀਰ ਨੇ ਚਲੇ ਜਾਣਾ ਜੇ, ਇਹ ਵੀਰ ਨੇ ਇਸ ਘਰ 'ਚੋਂ ਚਲੇ ਜਾਣਾ ਜੇ, ਉਸ ਵਕਤ ਵੀਰਾਂ ਨਜ਼ਰੀ ਨੇ ਜੇ ਆਉਣਾ। ਬਾਬਾ ਜੀ ਅੱਜ ਹਾਲਾਤ ਖਰਾਬ ਹੋ ਗਏ, ਅੱਜ ਜਨਾਬੇ ਆਲਾ ਇਸ ਪ੍ਰਾਪਤੀ ਨੇ ਵੀਰਾਂ ਨੂੰ ਜੁਦਾ ਕਰ ਦਿੱਤਾ, ਇਸ ਮਖਾਨ ਨੇ ਜਨਾਬੇ ਆਲਾ ਵੀਰਾਂ ਨੂੰ ਜੁਦਾ ਕਰ ਦਿੱਤਾ। ਅੱਜ ਉਹ ਮਾਵਾਂ ਵੀ ਤਬਾਹ ਕਰਨ ਵਾਲੀਆਂ ਚਲੇ ਗਈਆਂ, ਅੱਜ ਉਹ ਬਾਬਾ ਵੀ ਤਬਾਹ ਕਰਨ ਵਾਲਾ ਚਲੇ ਗਿਆ ਵੇ। ਕਦੀ ਵੀਰਾਂ ਦੇ ਨਾਲ ਆ ਪ੍ਰਾਪਤੀ ਤੋਂ ਨਾ ਲੜੀਆਂ ਜੇ, ਜਿਸ ਵਕਤ ਵੀਰ ਚਲੇ ਜਾਂਦੇ ਜੇ, ਇਹ ਭੱਠੀ ਬਰਾਦਰਾਂ ਕੋਲੋਂ ਪੁੱਛ ਲੈਣਾ। ਉਹ ਜਿਸ ਵਕਤ ਵੀਰ ਚਲੇ ਜਾਂਦੇ ਨੇ, ਉਹ ਯਾਰੋ ਪਾਵਾਂ ਟੁੱਟ ਜਾਂਦੀਆਂ ਨੇ। ਜਿਸ ਵਕਤ ਵੀਰ ਸਿਰਾਂ 'ਤੇ ਮੌਜੂਦ ਹੋਵਣ, ਜਿਸ ਵਕਤ ਵੀਰ ਸਿਰਾਂ 'ਤੇ ਮੌਜੂਦ ਹੋਵਣ, ਮੈਂ ਆਪਣੀ ਬਾਤ ਕਰਦਾ ਜਾਵਾਂ, ਮੇਰੇ ਸਿਰ 'ਤੇ ਮੇਰੇ ਵੱਡੇ ਵੀਰ ਦਾ ਹੱਥ, ਜਿਹੜਾ ਵੀ ਮਕਾਮ ਹੋਵੇ ਮੇਰੇ ਵੀਰ ਦੀ ਕਾਲ ਆ ਜਾਂਦੀ ਏ। ਇਹ ਕਾਰੀ ਜੀ ਪਰੇਸ਼ਾਨ ਨਹੀਂ ਆਉਣਾ, ਅਲਾਮਾ ਸਾਹਿਬ ਪਰੇਸ਼ਾਨ ਨਹੀਂ ਆਉਣਾ, ਮੈਂ ਵੀਰ ਪਿੱਛੇ ਹੈ ਵਾਂ। ਕੋਈ ਵੀ ਮੁਸ਼ਕਲ ਵੇਲਾ ਆ ਜਾਏ, ਕੋਈ ਵੀ ਮੁਸ਼ਕਲ ਘੜੀ ਆ ਜਾਏ, ਕਦੀ ਪਰੇਸ਼ਾਨ ਨਾ ਹੋਇਆ ਜਾਏ, ਮੈਂ ਪਿੱਛੇ ਸਹਾਰਾ ਬਣ ਕੇ ਖੜਾ ਵਾਂ, ਮੈਂ ਹਰ ਮਾਮਲਾ 'ਚ ਖੜਾ ਵਾਂ। ਇਸੇ ਵਾਸਤੇ ਤੇ ਮੀਆਂ ਸਾਹਿਬ ਨੇ ਆਖਿਆ, ਓਏ ਵੀਰ ਮਰਨ ਕੰਡ ਖਾ ਹਾਲੀ, ਓਏ ਮਾਵਾਂ ਬਾਜ ਇਹ ਮੁਹੰਮਦ ਬਾਦਸ਼ਾਹ, ਤੇ ਕੌਣ ਕਰੇ ਰਖਵਾਲੀ। ਆਓ ਮੈਂ ਆਪਣੀ ਬਾਤ ਨੂੰ ਸਮੇਟਾਂ। ਹਜ਼ਰਤ ਅੰਮੀ ਹਲੀਮਾ ਸਾਦੀਓ ਮੇਰੇ ਨਬੀ ਪਾਕ ਦੇ ਵਿਹੜੇ 'ਚ ਆ ਗਈਆਂ। ਮੇਰੇ ਮੁਸਤਫਾ ਨੇ ਫਰਮਾਇਆ, ਖਦੀਜਾ ਪਤਾ ਹੀ ਆ ਜੀ ਕੌਣ ਆਇਆ ਏ, ਜੀ ਸੋਹਣਿਆ ਕੌਣ ਆਇਆ ਏ। ਓਏ ਭੱਠੀ ਬਰਾਦਰਾਂ ਦੇ ਡੇਰੇ 'ਤੇ ਆਉਣ ਵਾਲੇ ਹੋ, ਮੈਂ ਕਿਹੜਾ ਜੁਮਲਾ ਅਰਜ਼ ਕਰਾਂ, ਉਸ ਮਾਂ ਦੀ ਕੀ ਸ਼ਾਨ, ਉਸ ਬਾਬੇ ਦਾ ਕੀ ਮਕਾਮ ਏ, ਜਿਹਨੇ ਸਾਰੀ ਜ਼ਿੰਦਗੀ ਮਿਹਨਤਾਂ ਕੀਤੀਆਂ, ਜਿਹਨੇ ਸਾਰੀ ਜ਼ਿੰਦਗੀ ਮੁਸ਼ਕਤਾਂ ਕੀਤੀਆਂ। ਮੇਰੇ ਪੁੱਤਰਾਂ ਦੀ ਤਰਬੀਅਤ ਅੱਛੀ ਹੋ ਜਾਏ, ਇਹਨਾਂ ਦਾ ਮਕਾਨ ਅੱਛਾ ਹੋ ਜਾਏ, ਇਹਨਾਂ ਦਾ ਸਟੇਟਸ ਅੱਛਾ ਹੋ ਜਾਏ, ਇਹਨਾਂ ਦਾ ਹਰ ਮਕਾਮ ਅੱਛਾ ਹੋ ਜਾਏ। ਹੁਣ ਜ਼ਰਾ ਜੁਮਲਾ ਸੁਣ ਜਾਇਆ ਜੇ, ਮੇਰੇ ਨਬੀ ਪਾਕ ਨੇ ਫਰਮਾਇਆ, ਖਦੀਜਾ ਅੱਜ ਮੇਰੀ ਅੰਮੀ ਆਈਆਂ ਨੇ, ਮੇਰਾ ਦਿਲ ਕਰਦਾ ਏ ਮੈਂ ਆਪਣੀ ਅੰਮੀ ਜਾਨ ਦੀ ਬਾਰਗਜ ਅੱਜ ਕੋਈ ਤੋਹਫ਼ਾ ਪੇਸ਼ ਕਰਾਂ। ਹਜ਼ਰਤ ਦੇ ਜਨਾਬੇ ਆਲਾ ਅੰਮਾ ਖਦੀਜਾ ਦਿਲ ਖਬਰਾਂ ਜਲਦੀ ਨਾਲ ਗਈਆਂ ਨੇ, ਆਪਣੇ ਬੱਕਰੀਆਂ ਲਈਆਂ ਨੇ, ਆਪਣੇ ਦਿਨਾਰ ਲੈਣੇ, ਇੰਜ ਤੋਹਫ਼ਾ ਫੜੀ ਆਵੇ, ਆਖਾਂ ਦੀ ਬਾਰਗਜ ਪੇਸ਼ ਕੀਤਾ ਵੇ। ਅੱਜ ਦੀ ਨੂੰਹਾਂ ਨੂੰ ਪੈਗਾਮ ਮਿਲ ਗਈਆ, ਅੱਜ ਦੀਆਂ ਬੇਟੀਆਂ ਨੂੰ ਪੈਗਾਮ ਮਿਲ ਗਈਆ, ਅੱਜ ਦੇ ਪੁੱਤਰਾਂ ਨੂੰ ਪੈਗਾਮ ਮਿਲ ਗਈਆ। ਕਦੀ ਇਹ ਨਾ ਸਮਝੀਆ ਜੇ ਸ਼ਾਦੀ ਹੋ ਗਈ, ਅੱਜ ਮਾਮਲਾ ਖਤਮ ਹੋ ਗਿਆ ਵੇ, ਅੱਜ ਮਾਂ ਦਾ ਹੱਕ ਖਤਮ ਹੋ ਗਿਆ ਵੇ, ਅੱਜ ਬਾਬੇ ਦਾ ਹੱਕ ਖਤਮ ਹੋ ਗਈ ਆਵੇ। ਨਾ ਨਾ ਬਾਬਾ ਜੀ, ਮੇਰੇ ਮੁਸਤਫਾ ਦਾ ਵੇਲਾ ਜੇ, ਅੰਮੀ ਖਦੀਜਾ ਦੁਲ ਕੁਬਰਾ ਦਾ ਵੇਲਾ ਵੇ, ਇਹ ਅੰਮੀ ਖਦੀਜਾ ਦੁਲ ਕੁਬਰਾ ਨੇ ਇੰਜ ਸਮਝੋ ਸਮਾਨ ਲਈ ਆਵੇ, ਆਖਾਂ ਦੀ ਬਾਹਰ ਕੱਚੀ ਆ ਗਈਆਂ। ਇਹ ਸੋਹਣਿਆ ਇਹ ਜ਼ਰਾ ਅੰਮੀ ਜਾਨ ਨੂੰ ਤੋਹਫ਼ਾ ਪੇਸ਼ ਕਰਿਆ ਜੇ, ਇਹ ਜ਼ਰਾ ਪੱਖੜੀਆਂ ਪੇਸ਼ ਕਰਿਆ ਜੇ, ਇਹ ਜ਼ਰਾ ਦਿਰਮ ਦੇ ਦਿਨਾਰ ਪੇਸ਼ ਕਰਿਆ ਜੇ। ਹਜ਼ਰਤ ਅੰਮੀ ਹਲੀਮਾ ਸਾਦੀਆ ਦੀ ਬਾਹਰ ਗਏ, ਮੇਰੇ ਹਜ਼ੂਰ ਨੇ ਬੱਕਰੀਆਂ ਦਾ ਰੇਵੜ ਪੇਸ਼ ਕੀਤਾ ਵੇ, ਅੰਮੀ ਜੀ ਜ਼ਰਾ ਤੋਹਫ਼ਾ ਕਬੂਲ ਕਰਿਆ ਜੇ। ਬਾਬਾ ਜੀ ਇਹੀ ਪੈਗਾਮ ਦੇ ਕੇ ਜਾ ਰਹੀਆਂ, ਮੇਰੇ ਨਬੀ ਦੀ ਬਾਰਗਾਹ ਦਾ ਪੈਗਾਮ। ਇਹ ਤਕਰੀਰ ਖਤਮ ਹੋ ਗਈ ਜੇ, ਇਹ ਦੋ ਚਾਰ ਮਿੰਟ 'ਚ ਬਾਅਦ ਨੂੰ ਸਮੇਟਣ ਲੱਗਾ, ਆਖਰੀ ਜੁਮਲੇ ਬਰਕਤ ਵਾਸਤੇ ਲੈ ਜਾਇਆ ਜੇ। ਮੇਰੇ ਨਬੀ ਪਾਕ ਦੇ ਵੇੜੇ 'ਚ ਇਹੀ ਪੈਗਾਮ ਮਿਲੇ ਆਵੇ, ਮੇਰੇ ਹਜ਼ੂਰ ਦੀ ਬਾਰਗਾਹ ਦੇ ਅੰਦਰ ਮੇਰੇ ਮੁਸਤਫਾ ਨੇ ਫਰਮਾਇਆ, ਇਹ ਮੇਰੇ ਗੁਲਾਮਾ ਜਿਹੜਾ ਚਾਹੁੰਦਾ ਰਿਜ਼ਕ 'ਚ ਬਰਕਤ ਹੋ ਜਾਏ, ਜਿਹੜਾ ਚਾਹੁੰਦਾ ਜ਼ਿੰਦਗੀ 'ਚ ਬਰਕਤ ਹੋ ਜਾਏ, ਆਖਾ ਜੀ ਕਰਨਾ ਕੀ ਏ, ਜ਼ਰਾ ਅਮਲ ਦੱਸਿਆ ਜੇ, ਆਖਾ ਜੀ ਕਿਹੜਾ ਅਮਲ ਕਰਨਾ ਏ। ਮੇਰੇ ਮੁਸਤਫਾ ਨੇ ਫਰਮਾਇਆ ਏ, ਆਪਣੇ ਵਾਲਿਦੈਨ ਨਾਲ ਪਿਆਰ ਕਰਨਾ ਏ, ਆਪਣੀ ਅੰਮੀ 'ਤੇ ਸ਼ਾਨ ਕਰਨਾ ਏ, ਆਪਣੇ ਬਾਬੇ ਨਾਲ ਪਿਆਰ ਕਰਨਾ ਏ। ਬਾਬੇ ਦਾ ਤਹਿਮਤ ਅੱਛਾ ਹੋਵੇ, ਔਲਾਦ ਦੀ ਇੱਜ਼ਤ ਹੁੰਦੀ ਜੇ, ਬਾਬੇ ਦੀ ਕਮੀਜ਼ ਅੱਛੀ ਹੋਵੇ, ਔਲਾਦ ਦੀ ਇੱਜ਼ਤ ਹੁੰਦੀ ਜੇ, ਮਾਂ ਦਾ ਲਬਾਸ ਅੱਛਾ ਹੋਵੇ, ਔਲਾਦ ਦੀ ਇੱਜ਼ਤ ਹੁੰਦੀ ਹੈ, ਮਾਂ ਦਾ ਦੁਪੱਟਾ ਅੱਛਾ ਹੋਵੇ, ਔਲਾਦ ਦੀ ਇੱਜ਼ਤ ਹੁੰਦੀ ਹੈ। ਉਹ ਇੱਜ਼ਤਾਂ ਪ੍ਰਾਪਤੀ ਨਾਲ ਨਹੀਂ, ਉਹ ਇੱਜ਼ਤਾਂ ਮਖਾਨਾ ਨਾਲ ਨਹੀਂ, ਉਹ ਇੱਜ਼ਤਾਂ ਰੁਤਬੇ ਨਾਲ ਨਹੀਂ। ਰੱਬੇ ਖਾਬਾ ਦੀ ਕਸਮ ਜੇ, ਇਹ ਫਕੀਰ ਦਾ ਜੁਮਲਾ ਲੈ ਜਾਈ, ਕੋਈ ਰੇੜੀ ਲਾਉਣ ਵਾਲਾ ਹੋਵੇ, ਪਿੱਛੇ ਮਾਂ ਦੀ ਦੁਆ ਹੋਵੇ, ਕੋਈ ਮੋਚੀ ਹੋਵੇ,
کوئی جتیاں گھنڈن والا ہوئے پیچھے بابے دی دوائے ہوئے اوئے لوگوں ہو اس قائے ساتھ نالوں او سب تو افضلے جنہاں نو اللہ نے بڑیاں عزتاں اے بڑے مقام اے بڑے رتبے عطا کیتے نے لیکن ہن ذرا جملہ سنی آ جے اے ساریاں عزتاں قربان اے سارے معاملات قربان اے عبادت اور ریاضت لیو دی قبول جیدے تے ماں راضی جیدے تے بابا راضی ہن اگلا جملہ سنی آ جے آخری جملہ دین لگا میرے مصطفیٰ نے فرمایا جڑا چاہندا رزق دی برکت ہو جائے جڑا چاہندا زندگی دی برکت ہو جائے آقا عمل کی کرنا فرمایا ماپیاں نو راضی کر لیا جے رزق چ وی برکت ہو جانی ہے زندگی چ وی برکت ہو جانی ہے اج باپ نو بھی سمجھنا پوے گا تے ماں دے مقام نو بھی سمجھنا پوے گا بابا جی لوگ باپ منہ تے تھپڑ مار دے سن ذلیل کر دے سن لیکن عام انہاں دے لال تشریف لے کے آئے حضور تاجدار کائنات نے فرمایا نہ ہوئے اس بابے دے نال پیار تساں کرنے بابے نال وفا تساں کرنی حضور مقام کی ملنے فرمایا رب بھی راضی ہو جائے گا رب دا حبیب بھی راضی ہو جائے گا منڈیاں دے اندر ماما نو بیچیا جاندا سی بولیاں لگائیاں جاندیاں سن لیکن حضور تشریف لے کے آئے میرے مصطفیٰ مدینے دے تاجدار نے آ کے حضور ایسا کرم فرمایا رب دی جنت پھڑ کے ماں دے قدماں دے تھلے رکھ کے حضور فرمایا جنت دا حقدار ہی او بنے گا جڑا ماں نال وفا کرن والا ہو دے گا حضور تاجدار کائنات صلی اللہ تعالی علیہ وسلم اج اسی کہنے ہم ماں دی کی شان باپ دا کی مقام بابا جی تے بڈھی ہو گئے انہاں نوں کدا پتہ ہے سنو بیویاں دی خوشی دے اندر ہر چیز اسی لٹا کے والدین پسے پش ڈال دیتا بابا جی بیویاں دے بھی حقوق ادا کرنے پڑیں گے لیکن پہلے ماں دے مقام نو سمجھنا پوے گا بابے دے مقام نو سمجھنا پوے گا اللہ دے نبی تاجدار کائنات صلی اللہ تعالی علیہ وسلم ایک بڈھی جی مائی چل دی آ رہی ہے اور پوچھ رہی ہے لوکو سونا محمد صلی اللہ علیہ وآلہ وسلم سونا کملی والا کتھے ملے گا سونا حبیب کتھے ملے گا نا لیندی آ رہی ہے تے میرے مصطفیٰ تاجدار کائنات مسجد نبوی دے اندر تشریف فرمان بڈھی جی مائی چلدی چلدی آ گئی میرے حضور امی جان دے مقام دے اندر کھڑی ہو گئے حضور نے اس سے اقبال فرمایا جس وقت حضرت حلیمہ سعدیہ قریب آئیاں نا میرے مصطفیٰ تاجدار کائنات نے اپنی مزمل والی چادر اتاری تے بچھا دی تھی حضور فرمایا امی جی اتھے ذرا بیٹھ جایا وہاں سونیاں تیری عظمت نو سلام تیرے مقام نو سلام تیرے قدمہ نو چمن واسے رب دا عرش ترس دائے حضرت اممہ حلیمہ سعدیہ جس وقت بیٹھ گئیاں تے میرے نبی پاک دو زن ہو کے سامنے بیٹھ گئے اممہ حلیمہ سعدیہ گفتگو کر دی جا رہی تے میرے مصطفیٰ تاجدار مسکران دے جا رہے حضور تاجدار کائنات اممہ حلیمہ سعدیہ دے نال گلنا کر دے جا رہے حضور دے صحابہ سارا معاملہ سارا منظر پہ ویندے نے سبحان اللہ کیا بات ہے اج سونا اتنا حسین اتنا کمال والے جس بڈھی اممہ دے سامنے بیٹھی ہوئے اور او ماں گلا کر دی جا رہی حضور سن دے جا رہے جے سبحان اللہ دی خیرات دیو تے میں دساں ماں دی کی مقام ہے ذرا بولی آجے سبحان اللہ دساں اس بابے دی کی شان ہے اس ماں دا کی مقام ہے آؤ بابا جی ذرا جملہ سنی آجے اس ماں دی کی شان ماں دا کی مقام ہے اللہ نے ماں نو کی رتبہ یا تھا گیتا میں اے میرے نبی پاک امام الانبیاء دی بارگاہ دے اندر اج امی حلیمہ سعدیہ چلدیاں آ گئیاں نے اج مدینے دیاں گلیاں چ آ رہیاں نے اج لوکاں نو پوچھ رہیاں نے لوگو میرا کملی والا کتھے ملے گا حضور دے صحابہ لے کے آ گئے میرے آقا کریم نے اپنی مزمل والی چادر بچھا دی تھی میرے مصطفیٰ نے فرمایا امی جی ذرا تشریف رکھی آ جائیں اج حضرت امی حلیمہ سعدیہ مزمل والی چادر تے بیٹھ گئیاں نے اج مذاکرات جاری نے اج گفتگو جاری ہے تھوڑا جہا وقت گزریاں میں حضرت امی حلیمہ سعدیہ نے فرمایا سونے
कदी कदी मिलन वास्ते आ जाया करो सोनिया कदी कदी आ जाया करो और लोगों वाले दिन दे सास इस मां का मकाम उदू पता चलना वे जिस वक्त मां की मैयत कंदियां थी आ गई अज दर्दे दिल दे नाल पैगाम सुने आ जे अज पैगाम लै जाया जे ए जिस वक्त मां दुनिया तू चले जाती जे ए बाबा दुनिया तू चले जाता वे ए बाबा जी कोई पूछण वाला नहीं ए कोई प्यार करन वाला नहीं ए कोई शफकत नाल हद रखण वाला नहीं हुण जरा पैगाम सुने आ जे मेरे नबी पाक जल्दी ना उठे हजूर अपने वेड़े च चले गए ने मेरे मुस्तफा ने फरमाया ए खदीजा जी सोने खदीजा बताई कौन अज मेरे वेड़े च कौन आया वे अम्मी खदीजा तो कुबरा बोलियां सोने लरा दसिया जे कौन आया वे मेरे मुस्तफा ने फरमाया ए खदीजा अज मेरे वेड़े च ओ आई जिन्हें मेरी परवरिश की जिन्हें मैनू दुध पिलाया है जिन्हें मैनू लोरियां दित्तियां ने जिन्हें मैनू बनू साध कबीले च खलाया है अज ओ हलीमा सारियां आई है बाबा जी कौन हलीमा सारियां वे जिन्हें मेरे नबी पाक नू दुध पिलाया जिन्हें हजूर की परवरिश की मेरे नबी पाक आसमान वाले इतना प्यार कर रहे ने बाबा जी जरा सुनिया जे हजूर हजरत दी अम्मी आमीना नाल किंज दा प्यार कर दियां होणगे जिन्हां दे शिकमे अजहर दे अंदर मेरे नबी पाक ने नौ महीने कियाम फरमाया वे हुण अगला पैगाम सुनिया जे मेरे मुस्तफा ने फरमाया खदीजा अज मेरे दरवाजे ते मेरी अम्मा हलीमा सादी आई है दरवाजे दे अम्मी हलीमा सादी आई है अज मेरा दिल करदा वे मैं अपनी अम्मी जान दी बानगच नजराने पेश करा अज मेरा दिल करदा वे मैं अपनी अम्मी जान नू तोहफे देवां ओए बाबा जी औलाद नाल बड़ा प्यार लेकिन मेरा जुमला दर्दे दिल नाल सुन जाया जे ए बादरे काड़ हो रही है ए बट्टी बरादरां दे डेरे ते बैठण वालो ए जुमला सुन के तुसां चले नहीं जाना ए सोशल मीडिया ते वीडियो चल जानी ए नबी दे गुलामां ने जुमले सुन लैणे ने ए गर्देसी वाले ऐलान कर रहे आ जे जे चाहती हो कि रब राजी हो जावे जे चाहती हो सोना नबी राजी हो जावे ए चाहती हो कि आमीना दा ला राजी हो जावे अज फकीर दा जुमला लै जाया जे ओए नमाजा बाद दी अंदर ए कुरान बाद दी अंदर ए जकात बाद दी अंदर ए खैरात बाद दी अंदर ए जकातां बाद दी अंदर ए सारे अमल कबूल हो जाने ने लेकिन ओदे तो पहले जिदे ते मां राजी जिदे ते बाबा राजी रब्बे काबा दी कसम ए जिदे ते मां राजी हो जांदी है ओदे दी अरशां वाला खुदा भी राजी हो जांदा है बड़ी जल्दी नाल बात नू समेटन लगा ए तकरीर अपने इख्तिताम की तरफ जा रही बड़ी जल्दी नाल जुमला सुनिया जे कौन अम्मी हलीमा सादिया अज इस मां दी शान सुन जाई इस मां दा मकाम सुन जाई अज मां तेरे च है वे अज उस मां नाल प्यार कर लिया जे ए मां तेरे मेरे पैसे दी भुखी नहीं ए मां तेरे मेरी दौलत दी भुखी नहीं ओ जिन्हें सारी जिंदगी मेहनत कीतियां ए बट्टी बरादरान कोलों कोई पुछिया जे ओए जिन्हां दी मां ने बड़ियां वफा कीतियां जिन्हां दे बाबे ने बड़ा प्यार कीता वे मेरे अमजद दा जनाबे आला ए मकान अच्छा हो जावे इन्हां दे डेरे अच्छे हो जान ए पता की उदों लगना वे जदों मां दी मैयत कंदियां दी आ गई ए जिस वक्त कब्रस्तान दे अंदर मां नूं लिटा के वापस आ जाना वे उस वक्त लोगों पुछण वाला कोई नहीं उस वक्त सीने लाण वाला कोई नहीं मैं अपनी बात अर्ज कर रहा वा ए मिंबरे रसूल ते बह के अर्ज कर रहा वा मैं जिस वक्त सफर ते निकलना वा मेरी मां हाथ चुकदी मौला ए मेरा पुत्र है अल्लाह तेरी अमानत है ए शाला मेरे पुत्र दी खैर होवे बाबा जी जिस वक्त सफर ते निकलना वा मेरी मां दा फोन आ जांदा वे सफर तो वापसी पहुंचना वा तेरी मां दा फोन आ जांदा वे मैं कई मरतबा अपनी अम्मी जान दी बारगाह च अर्ज कीती कि तुसी आराम करिया करो ए मेरे जनाबे आला ए रोजाना दा मामला वे मैं जनाब रात लेट हो जाना वा ए तुसी सो जाया करो लेकिन मावां नूं नींदरां नहीं आउंदियां मां बोल के कहंदी है पुत्रा जिन्नी देर तक तू वेड़े च नजर
ਵੀ ਨਹੀਂ ਆਉਂਦਾ, ਮੇਰੇ ਦਿਲ ਨੂੰ ਸਕੂਨ ਨਹੀਂ ਮਿਲਦਾ। ਇਹ ਮੇਰੇ ਕੋਈ ਬਾਈ ਬੈਦਾਨ ਇਹ ਬਾਈ ਜਵੇਦ ਚੁਰਾਹੀ ਕੋਲੋਂ ਪੁੱਛੇ ਆ ਜਾਏ। ਅੱਲਾ ਨੇ ਬੜੀਆਂ ਸ਼ਾਨਾਂ ਦਿੱਤੀਆਂ ਬਾਬਾ ਜੀ, ਅੱਲਾ ਨੇ ਬੜਾ ਮਕਾਮ ਦਿੱਤਾ ਵੇ। ਇਹ ਗਲੀ ਗਲੀ ਨੌਜਵਾਨ ਮੇਰੇ ਨਬੀ ਪਾਕ ਦੇ ਅੱਜ ਇਸ ਪੈਗਾਮ ਨੂੰ ਅੱਗੇ ਪਹੁੰਚਾ ਰਹੇ ਨੇ, ਅੱਜ ਇਹਨਾਂ ਕੋਲੋਂ ਪੁੱਛੀ ਆ ਜਾਏ। ਕਈ ਮਰਤਬਾ ਇਹਨਾਂ ਕੋਲ ਬੈਠਣਾ ਵਾ, ਇਹ ਵੀ ਕਹਿੰਦੇ ਨੇ ਕਿਬਲਾ ਕਰਦੇ ਸੀ ਸਾਹਿਬ, ਅੱਲਾ ਨੇ ਬੜੀਆਂ ਇੱਜ਼ਤਾਂ ਦਿੱਤੀਆਂ, ਅੱਲਾ ਨੇ ਬੜਾ ਮਕਾਮ ਦਿੱਤਾ ਵੇ। ਅੱਜ ਉਹ ਮਾਂ ਚਲੇ ਗਈ ਏ ਜਿਹਨੇ ਸਾਡੀਆਂ ਖੁਸ਼ੀਆਂ ਵੇਖਣੀਆਂ ਸਨ, ਹੁਣ ਬਾਬਾ ਜੀ ਪੈਗਾਮ ਦੇ ਕੇ ਜਾ ਰਹੇ ਆ ਜੇ। ਅੱਜ ਮਾਂ ਹੈ ਵੇ, ਇਹ ਹੱਥ ਬੰਨ ਕੇ ਅਰਜ਼ ਕਰ ਰਹੀਆਂ ਵਾ, ਇਹ ਨੌਜਵਾਨਾਂ ਨੂੰ ਇੱਕੋ ਹੀ ਪੈਗਾਮ ਦੇ ਕੇ ਜਾ ਰਹੀਆਂ ਵਾ। ਇਹ ਪੈਗਾਮ ਤੁਸਾਂ ਲੈ ਕੇ ਨਹੀਂ ਚਲੇ ਜਾਣਾ, ਇਹ ਸੋਸ਼ਲ ਮੀਡੀਆ ਦੇ ਮੇਰੇ ਨਬੀ ਦੇ ਗੁਲਾਮਾਂ ਨੇ ਜੁਮਲੇ ਸੁਣ ਲੈਣੇ ਨੇ, ਹੁਣ ਮੇਰੇ ਪੈਗਾਮ ਨੂੰ ਸੁਣਿਆ ਜੇ। ਇਹ ਅੱਜ ਮਾਂ ਨਾਲ ਪਿਆਰ ਕਰ ਜਾਇਆ ਜੇ, ਅੱਜ ਬਾਬੇ ਨਾਲ ਵਫਾ ਕਰ ਜਾਇਆ ਜੇ। ਜਿਸ ਵਕਤ ਮਾਂ ਨੇ ਚਲੇ ਜਾਣਾ ਵੇ, ਇਹ ਜਿਸ ਵਕਤ ਬਾਬੇ ਚਲੇ ਜਾਣਾ ਵੇ, ਤੇ ਮੀਆਂ ਸਾਹਿਬ ਨੇ ਅੱਜ ਤਰਜਮਾਨੀ ਫਰਮਾਈ, ਆਪ ਫਰਮਾਉਂਦੇ ਨੇ, ਬਾਪ ਮਰੇ ਤੇ ਸਾਰੀ ਨੰਗਾ ਹੋਵੇ। ਓਏ ਸੱਜਣੋ, ਬਾਪ ਮਰੇ ਤੇ ਸਾਰੀ ਨੰਗਾ ਹੋਵੇ। ਇਹ ਪਤਾ ਹੀ ਉਦਣ ਲੱਗਣਾ ਵੇ ਜਿਸ ਵਕਤ ਬਾਬੇ ਦੀ ਮਈਅਤ ਗੰਦੀਆਂ ਦੀ ਆ ਗਈ। ਇਹ ਉਹਨਾਂ ਨੂੰ ਮੇਰਾ ਦਰਦ ਪੁੱਛਿਆ ਜੇ ਜਿਨ੍ਹਾਂ ਦੇ ਬਾਪ ਇਸ ਦੁਨੀਆਂ ਤੋਂ ਚਲੇ ਗਏ। ਓਏ ਲੋਕੋ, ਜਦੋਂ ਬਾਪ ਦੁਨੀਆਂ ਤੋਂ ਚਲੇ ਜਾਂਦਾ ਹੈ, ਇਹ ਜੱਗ ਸੁਣਨਾ ਲੱਗਦਾ ਹੈ, ਇਹ ਵਿਹੜੇ ਖਾਲੀ ਹੋ ਜਾਂਦੇ। ਜਿਸ ਵਿਹੜੇ 'ਚ ਜਨਾਬੇ ਵਾਲੋ ਇਹ ਬੁੱਢੀ ਮਾਂ ਹੋਵੇ, ਜਿਸ ਵਿਹੜੇ 'ਚ ਬੁੱਢਾ ਬਾਬਾ ਹੋਵੇ, ਉੱਥੇ ਰਹਿਮਤਾਂ ਦਾ ਨਜ਼ੂਲ ਹੋ ਜਾਂਦਾ ਜੇ। ਅਤੇ ਮੀਆਂ ਸਾਹਿਬ ਨੇ ਐਵੇਂ ਤਰਜਮਾਨੀ ਫਰਮਾਈ, ਆਪ ਫਰਮਾਉਂਦੇ ਨੇ, ਬਾਪ ਮਰੇ ਤੇ ਸਾਰੀ ਨੰਗਾ ਹੋਵੇ। ਓਏ ਸੱਜਣੋ, ਬਾਪ ਮਰੇ ਤੇ ਸਾਰੀ ਨੰਗਾ ਹੋਵੇ, ਤੇ ਵੀਰ ਮਰੇ ਕੰਡ ਖਾ ਹਾਲੀ। ਅੱਜ ਇਹਨਾਂ ਬੱਠੀ ਬਰਾਦਰਾਂ ਨੂੰ ਪੁੱਛਣੇ ਆ ਜੇ, ਜਿਨ੍ਹਾਂ ਦਾ ਵੀਰ ਇਸ ਦੁਨੀਆਂ ਤੋਂ ਚਲੇ ਗਿਆ, ਜਿਨ੍ਹਾਂ ਦਾ ਬਾਈ ਇਸ ਦੁਨੀਆਂ ਤੋਂ ਚਲੇ ਗਿਆ। ਬਾਬਾ ਜੀ ਪੈਗਾਮ ਦੇ ਕੇ ਜਾ ਰਿਹਾ ਵਾ, ਕਦੀ ਵੀਰਾਂ ਨਾਲ ਭਰਾਵ ਜੀ ਤੂੰ ਨਾ ਲੜੇ ਆ ਜੇ, ਕਦੀ ਵੀਰਾਂ ਨਾਲ ਮਕਾਨ ਤੂੰ ਨਾ ਲੜੇ ਆ ਜੇ। ਇਹ ਦੁਨੀਆਂ ਦੀ ਜਾਇਦਾਦ, ਇਹ ਦੁਨੀਆਂ ਦੇ ਮਕਾਮ, ਇਹ ਦੁਨੀਆਂ ਦੇ ਭਰਾ ਇੱਥੇ ਹੀ ਰਹਿ ਜਾਣੇ ਜੇ। ਇਹ ਜਦੋਂ ਵੀਰ ਨੇ ਚਲੇ ਜਾਣਾ ਜੇ, ਇਹ ਵੀਰ ਨੇ ਇਸ ਘਰ 'ਚੋਂ ਚਲੇ ਜਾਣਾ ਜੇ, ਉਸ ਵਕਤ ਵੀਰਾਂ ਨਜ਼ਰੀ ਨਾ ਜੇ ਆਉਣਾ। ਬਾਬਾ ਜੀ ਅੱਜ ਹਾਲਾਤ ਖਰਾਬ ਹੋ ਗਏ, ਅੱਜ ਜਨਾਬੇ ਵਾਲਾ ਇਸ ਪ੍ਰਾਪਤੀ ਨੇ ਵੀਰਾਂ ਨੂੰ ਜੁਦਾ ਕਰ ਦਿੱਤਾ, ਇਸ ਮਕਾਨ ਨੇ ਜਨਾਬੇ ਵਾਲਾ ਵੀਰਾਂ ਨੂੰ ਜੁਦਾ ਕਰ ਦਿੱਤਾ। ਅੱਜ ਉਹ ਮਾਵਾਂ ਵੀ ਤਬਾਹ ਕਰਨ ਵਾਲੀਆਂ ਚਲੇ ਗਈਆਂ, ਅੱਜ ਉਹ ਬਾਬਾ ਵੀ ਤਬਾਹ ਕਰਨ ਵਾਲਾ ਚਲੇ ਗਿਆ ਵੇ। ਕਦੀ ਵੀਰਾਂ ਦੇ ਨਾਲ ਆ ਪ੍ਰਾਪਤੀ ਦੁਨਾ ਲੜੀਆਂ ਜੇ, ਜਿਸ ਵਕਤ ਵੀਰ ਚਲੇ ਜਾਂਦੇ ਜੇ, ਇਹ ਬੱਠੀ ਬਰਾਦਰਾਂ ਕੋਲੋਂ ਪੁੱਛ ਲੈਣਾ। ਉਹ ਜਿਸ ਵਕਤ ਵੀਰ ਚਲੇ ਜਾਂਦੇ ਨੇ, ਉਹ ਯਾਰੋ ਬਾਵਾਂ ਟੁੱਟ ਜਾਂਦੀਆਂ ਨੇ। ਜਿਸ ਵਕਤ ਵੀਰ ਸਿਰਾਂ 'ਤੇ ਮੌਜੂਦ ਹੋਵਣ, ਜਿਸ ਵਕਤ ਵੀਰ ਸਿਰਾਂ 'ਤੇ ਮੌਜੂਦ ਹੋਵਣ, ਮੈਂ ਆਪਣੀ ਬਾਤ ਕਰਦਾ ਜਾਵਾਂ। ਮੇਰੇ ਸਿਰ 'ਤੇ ਮੇਰੇ ਵੱਡੇ ਵੀਰ ਦਾ ਹੱਥ, ਜਿਹੜਾ ਵੀ ਮਕਾਮ ਹੋਵੇ ਮੇਰੇ ਵੀਰ ਦੀ ਕਾਲ ਆ ਜਾਂਦੀ ਹੈ। ਇਹ ਕਾਰੀ ਜੀ ਪਰੇਸ਼ਾਨ ਨਹੀਂ ਆਉਣਾ, ਅਲਾਮਾ ਸਾਹਿਬ ਪਰੇਸ਼ਾਨ ਨਹੀਂ ਆਉਣਾ, ਮੈਂ ਵੀਰ ਪਿੱਛੇ ਹੈ ਵਾਂ। ਕੋਈ ਵੀ ਮੁਸ਼ਕਲ ਵੇਲਾ ਆ ਜਾਏ, ਕੋਈ ਵੀ ਮੁਸ਼ਕਲ ਘੜੀ ਆ ਜਾਏ, ਕਦੀ ਪਰੇਸ਼ਾਨ ਨਾ ਹੋਇਆ ਜਾਏ, ਮੈਂ ਪਿੱਛੇ ਸਹਾਰਾ ਬਣ ਕੇ ਖੜਾ ਵਾਂ, ਮੈਂ ਹਰ ਮਾਮਲਾ 'ਚ ਖੜਾ ਵਾਂ। ਇਸੇ ਵਾਸਤੇ ਤਾਂ ਮੀਆਂ ਸਾਹਿਬ ਨੇ ਆਖਿਆ, ਓਏ ਵੀਰ ਮਰਨ ਕੰਡ ਖਾ ਹਾਲੀ। ਓਏ ਮਾਵਾਂ ਬਾਜ ਇਹ ਮੁਹੰਮਦ ਬਾਦਸ਼ਾਹ, ਤੇ ਕੌਣ ਕਰੇ ਰਖਵਾਲੀ। ਆਓ ਮੈਂ ਆਪਣੀ ਬਾਤ ਨੂੰ ਸਮੇਟਾਂ। ਹਜ਼ਰਤ ਅੰਮੀ ਹਲੀਮਾ ਸਾਦੀਓ ਮੇਰੇ ਨਬੀ ਪਾਕ ਦੇ ਵਿਹੜੇ 'ਚ ਆ ਗਈਆਂ। ਮੇਰੇ ਮੁਸਤਫਾ ਨੇ ਫਰਮਾਇਆ, ਖਦੀਜਾ ਪਤਾ ਹੀ ਆ ਜੀ ਕੌਣ ਆਇਆ,
अजीज सोनिया कौन आया है ओए पट्टी बरादरा दे डेरे पे आन वाली हो मैं केड़ा जुमला अर्ज करा ओ समान दी की शान उस बाबे दा की मकाम है जिन्हें सारी जिंदगी मेहनत की जिन्हें सारी जिंदगी मुशक्कत की मेरे पुत्रां दी तरबियत अच्छी हो जाए इन्हों का मकान अच्छा हो जाए इन्हों का स्टेटस अच्छा हो जाए इन्हों का हर मकाम अच्छा हो जाए हुण जरा जुमला सुन जाए आ जाए मेरे नबी पाक ने फरमाया खदीजा अज मेरी अम्मी आईया ने मेरा दिल कर रहा है मैं अपनी अम्मी जान दी बारगज अज कोई तोहफा पेश करा हजरत जनाबे आला अम्मा खदीजा बिल कुबरा जल्दी नाल गईया ने आपने बकरियां लईया ने आपने दिनार लेने इंज तोहफा फड़ी आवे आखा दी बारगज पेश कीता वे अज दी नुआ नू पैगाम मिल गया अज दियां बेटियां नू पैगाम मिल गया अज दे पुत्रां नू पैगाम मिल गया कदी ये ना समझी अजे शादी हो गई अज मामला खत्म हो गया वे अज मां दा हक खत्म हो गया वे अज बाबे दा हक खत्म हो गया वे ना ना बाबा जी मेरे मुस्तफा दा वेड़ा जे अम्मी खदीजा तुल कुबरा दा वेड़ा वे ए अम्मी खदीजा तुल कुबरा ने इंज सजो समान ले आवे आखा दी बार कची आ गई ए सोने ए जरा अम्मी जान तोहफा पेश कर आजे ए जरा पकड़ियां पेश कर आजे ए जरा दिरम ते दिनार पेश कर आजे हजरत अम्मी हलीमा सादिया दी बार गए मेरे हजूर ने बकरियां दा रेवड़ पेश कीता वे अम्मी जी जरा तोहफा कबूल कर आजे बाबा जी यही पैगाम दे के जा रही हूँ मेरे नबी दी बार का पैगाम ये तकरीर खत्म हो गई जे ये दो चार मिनट च बाद नूं समेटन लगा आखिरी जुमले बरकत वास से लै जाए आजे मेरे नबी पाक दे वेड़े चो यही पैगाम मिले आवे मेरे हजूर दी बार का दे अंदर मेरे मुस्तफा ने फरमाया ऐ मेरे गुलामो जड़ा चांदा रिजक च बरकत हो जाए जड़ा चांदा जिंदगी च बरकत हो जाए आका जी करना की है जरा अमल दसी आ जाए आका जी केड़ा अमल करना है मेरे मुस्तफा ने फरमाया है अपने वालिदैन नाल प्यार करना है अपनी अम्मी ते शान करना है अपने बाबे नाल प्यार करना है बाबे दा तहमत अच्छा होवे औलाद दी इज्जत हुंदी जे बाबे दी कमीज अच्छी होवे औलाद दी इज्जत हुंदी जे मां दा लिबास अच्छा होवे औलाद दी इज्जत हुंदी है मां दा दुपट्टा अच्छा होवे औलाद दी इज्जत हुंदी है ओ इज्जत प्राप्ति नाल नहीं ओ इज्जत मखाना नाल नहीं ओ इज्जत रुतबे नाल नहीं रब्बे काबा दी कसम जे ए फकीर दा जुमला लै जाई कोई रेड़ी लाण वाला होवे पिछे मां दी दुआ होवे कोई मोची होवे कोई जुतियां गंडन वाला होवे पीछे बाबे दी दवा होवे ओए लोगो हो उस कायसान नालू ओ सब तू अफजल है जिन्ना नु अल्लाह ने बड़िया इज्जत ए बड़े मकाम ए बड़े रुतबे अता की देने लेकिन हुण जरा जुमला सुनी आ जे ए सारियां इज्जत कुर्बान ए सारे मामलात कुर्बान ए इबादत और रियाजत भी ओदी कबूल जिदे ते मां राजी जिदे ते बाबा राजी हुण अगला जुमला सुनी आ जे आखिरी जुमला देन लगा मेरे मुस्तफा ने फरमाया जड़ा चांदा रिजक च बरकत हो जाए जड़ा चांदा जिंदगी च बरकत हो जाए आका अमल की करना है फरमाया मापिया नू राजी कर लिया जे रिजक च भी बरकत हो जानी है जिंदगी च भी बरकत हो जानी है यार हजरत जी टाइम खत्म हो सकता है जिंदगियां खत्म हो सकदियां ने ना मेरे मुस्तफा दा मिलाद खत्म हो सकता है ना हजूर दा जिक्र खत्म हो सकता है जिक्र रब ने खुद बुलंद किया है वरफा ना लका जिक्र हजूर ताजदार कायनात नाल प्यार करो इंज दी मुहब्बत करो इंज दा प्यार करो कि असी रहने थे पाकिस्तान के अंदर ना लेकिन गली मुहल्ले चौंक के अंदरों गुजरीए सानू दसना ना पवे कि मुस्तफा दा नौकर ते हजूर दा खादम आ साडे चेहरिया तो पता लग जाए कि मुस्तफा दा खादम ते नौकर बन के जा रहा है मिलाद नमाज दा सबक देंदा है कुरान दे दरस दा सबक देंदा है कुरान पढ़न वाले हो जाओ नमाज पढ़न वाले हो जाओ हजूर ताजदार कायनात नाल कुट के प्यार करो साडे बुजुर्ग फरमाते ने पुत्रो दो चीज़ा मद्देनजर रखनी है एक हजूर नू खुदा नहीं मनना और दूसरा खुदा का बेटा नहीं मनना।
ਇਹ ਦੋ ਮਕਾਮ ਜ਼ਿਹਨ ਦੇ ਅੰਦਰ ਰੱਖਣੇ ਨੇ। ਬਕੀਆ ਹਜ਼ੂਰ ਨਾਲ ਕੁੱਟ ਕੇ ਪਿਆਰ ਕਰੀਆ ਜੇ, ਅੱਲਾ ਦੁਨੀਆਂ 'ਤੇ ਵੀ ਇੱਜ਼ਤ ਅਤਾ ਕਰੇਗਾ, ਅੱਲਾ ਆਖਰ 'ਚ ਵੀ ਮਕਾਮ ਅਤਾ ਕਰ ਦੇਵੇਗਾ। ਅਗਰ ਤਾਰੀਖ ਯਾਦ ਨਾ ਹੋਵੇ, ਅਗਰ ਉਸ ਸਿਲਸਿਲੇ 'ਚ ਚਲੇ ਗਿਆ ਤਾਂ ਵਕਤ ਦਰਕਾਰ ਹੈ। ਜਿਨ੍ਹਾਂ ਮੇਰੇ ਮੁਸਤਫਾ ਨਾਲ ਵਫਾ ਕੀਤੀ ਹੈ ਬਾਬਿਓ, ਨਾ ਅੱਜ ਵੀ ਉਹਨਾਂ ਦਾ ਜ਼ਿੰਦਾ ਹੈ, ਨਾ ਅੱਜ ਵੀ ਉਹਨਾਂ ਦਾ ਬੁਲੰਦ ਹੈ। ਜਬ ਤੱਕ ਬਿਕੇ ਨਾ ਥੇ ਕੋਈ ਪੁੱਛਤਾ ਨਾ ਥਾ ਕਾ, ਯੇ ਤੋ ਆਪਕਾ ਕਰਮ ਆਪਣੇ ਖਰੀਦ ਕਰ ਅਨਮੋਲ ਕਰ ਦਿਆ। ਅਗਰ ਚਾਹੁੰਦੇ ਹੋ ਕਿ ਇੱਜ਼ਤ ਮਕਾਮ ਰੁਤਬਾ ਮਿਲੇ, ਸੋ ਮਕਾਮ ਨੂੰ ਇਸ ਦਰਦ ਨੂੰ ਸਮਝੋ, ਨਮਾਜ਼ ਪੜ੍ਹਨ ਵਾਲੇ ਹੋ ਜਾਓ, ਆਪਣੀਆਂ ਜਵਾਨੀਆਂ ਪਾਕ ਕਰੋ। ਵਾਲਿਦੈਨ ਅੱਜ ਮਕਾਮ ਮਕਾਮ ਗਲੀ ਗਲੀ, ਬਾਬਿਓ ਮੈਂ ਜਾ ਰਿਹਾ, ਵਾਲਿਦੈਨ ਰੋਂਦੇ ਨੇ ਤੜਪਦੇ ਨੇ, ਹਜ਼ਰਤ ਜੀ ਇਹ ਔਲਾਦ ਇਹ ਨੌਜਵਾਨ ਸਾਰਾ ਸਾਰਾ ਦਿਨ ਨੌਜਵਾਨਾਂ ਦੇ ਨਾਲ ਯਾਰਾਂ ਦੇ ਨਾਲ ਫਿਰ ਛੱਡਦੇ, ਸਾਰੀ ਰਾਤ ਸੋਸ਼ਲ ਮੀਡੀਆ ਦੇ ਉੱਤੇ ਵਕਤ ਗੁਜ਼ਰ ਜਾਂਦਾ। ਇਹ ਸਾਡਾ ਸਹਾਰਾ ਨਹੀਂ ਬਣਦੇ, ਇਹ ਬੇਅਦਬੀ ਕਰਦੇ ਨੇ, ਗੁਸਾਖੀਆਂ ਕਰਦੇ ਨੇ, ਨਾਫਰਮਾਨੀਆਂ ਕਰਦੇ ਨੇ। ਬਾਬਾ ਜੀ ਜਿਹਨੇ ਵਾਲਿਦੈਨ ਨੂੰ ਸਤਾਇਆ, ਉਹਨੇ ਜ਼ਿੰਦਗੀ ਦੇ ਅੰਦਰ ਵੀ ਔਰ ਆਖਰਤ ਦੇ ਅੰਦਰ ਵੀ ਉਹ ਬੰਦਾ ਜ਼ਲੀਲ ਔਰ ਰੁਸਵਾ ਹੋ ਜਾਏਗਾ ਜਿਹਨੇ ਵਾਲਿਦੈਨ ਨੂੰ ਤੜਪਾਇਆ, ਵਾਲਿਦੈਨ ਨੂੰ ਸਤਾਇਆ। ਤਾਰੀਖ ਯਾਦ ਨਾ ਹੋਵੇ, ਆਪਣੇ ਇਰਦ ਗਿਰਦ ਦੇਖ ਲੈਣਾ ਕਿ ਜਿਹਨਾਂ ਵਾਲਿਦੈਨ ਦੀ ਨਾਫਰਮਾਨੀ ਕੀਤੀ, ਹਰ ਮਕਾਮ ਦੇ ਉੱਤੇ ਜ਼ਲੀਲ ਔਰ ਰੁਸਵਾ ਹੋ ਗਏ ਨੇ। ਜਿਹਨੂੰ ਜਿਹਨੂੰ ਵੀ ਇੱਜ਼ਤ ਉਹ ਮਕਾਮ ਔਰ ਰੁਤਬਾ ਮਿਲਿਆ, ਵਾਲਿਦੈਨ ਦਾ ਸਦਕਾ ਅੱਲਾ ਨੇ ਇੱਜ਼ਤ ਰੁਤਬਾ ਤਾ ਕੀਤਾ। ਵਾਲਿਦੈਨ ਸਰਦ ਉੱਤੇ ਮੌਜੂਦ ਨੇ, ਬਾਬੇ ਉਹਨਾਂ ਨਾਲ ਕੁੱਟ ਕੇ ਪਿਆਰ ਕਰੋ, ਮੁਹੱਬਤ ਕਰੋ, ਸ਼ਫਕਤ ਕਰੋ, ਇਹਸਾਨ ਕਰੋ, ਮਾਲ ਖਰਚ ਕਰੋ। ਵਾਲਿਦੈਨ ਦੇ ਉੱਤੇ ਮਾਲ ਖਰਚ ਕੀਤਾ ਹੋਇਆ ਜ਼ਾਇਆ ਨਹੀਂ ਜਾਏਗਾ, ਅੱਲਾ ਦੂਨਾ ਬਦਲਾ ਅਤਾ ਕਰੇਗਾ, ਦੂਨਾ ਅਜਰ ਅਤਾ ਕਰੇਗਾ। ਇਸ ਵਾਸਤੇ ਵਾਲਿਦੈਨ ਦੇ ਲਿਬਾਸ ਖੂਬਸੂਰਤ ਲਿਬਾਸ ਕਰੋ, ਵਾਲਿਦੈਨ ਦਾ ਦਿਲ ਖੁਸ਼ ਕਰਿਆ ਕਰੋ, ਵਾਲਿਦੈਨ ਦੇ ਨਾਲ ਟਾਈਮ ਗੁਜ਼ਾਰਿਆ ਕਰੋ। ਇਹ ਬਾਬਿਓ ਜਿਹਨਾਂ ਦੇ ਵਾਲਿਦੈਨ ਇਸ ਦੁਨੀਆਂ ਤੋਂ ਚਲੇ ਗਏ ਨੇ, ਉਹਨਾਂ ਨੂੰ ਪੁੱਛੋ ਇਹ ਰਿਸ਼ਤਾ ਕੈਸਾ ਅਜ਼ੀਮ ਰਿਸ਼ਤਾ। ਉਹ ਲੋਕ ਤੜਪਦੇ ਨੇ ਕਿ ਕਾਸ਼ ਕਿ ਮੈਂ ਆਪਣੇ ਘਰ ਦੇ ਸਿਹਨ ਦੇ ਅੰਦਰ ਇੰਨ ਹੋਵਾਂ ਅਤੇ ਮੈਨੂੰ ਮਾਂ ਮੇਰੀ ਸਾਦੇ ਜੇ ਡਬੱਟੇ ਵਾਲੀ ਨਜ਼ਰ ਹੀ ਆ ਜਾਏ, ਉਹ ਮੈਨੂੰ ਬਾਬਾ ਨਜ਼ਰ ਹੀ ਆ ਜਾਏ। ਜਿਸ ਵਕਤ ਮਾਂ ਚਲੇ ਜਾਂਦੀ, ਬਾਬਾ ਚਲੇ ਜਾਂਦਾ, ਉਸ ਵਕਤ ਕੋਈ ਨਹੀਂ ਪੁੱਛਦਾ ਕਿ ਲੇਟ ਆ ਰਹੀਆਂ ਜਾਂ ਜਲਦੀ ਆ ਰਹੇ ਹਾਂ। ਉਸ ਵਕਤ ਕੋਈ ਨਹੀਂ ਪੁੱਛਦਾ ਕਿ ਪੁੱਤਰ ਰੋਟੀ ਖਾਧੀ ਹੈ ਜਾਂ ਨਹੀਂ ਖਾਧੀ। ਉਸ ਮਕਾਮ ਨੂੰ, ਉਸ ਦਰਦ ਨੂੰ ਸਮਝੋ, ਵਾਲਿਦੈਨ ਨਾਲ ਪਿਆਰ ਕਰੋ, ਇਹਨਾਂ ਨਾਲ ਸ਼ਫਕਤ ਕਰੋ। ਵਾਲਿਦੈਨ ਦੁਨੀਆਂ ਤੋਂ ਚਲੇ ਗਏ ਨੇ, ਸਭ ਤੋਂ ਅਜ਼ੀਮ ਅਮਲ ਹੈ। ਹਜ਼ੂਰ ਤਾਜਦਾਰ ਕਾਇਨਾਤ ਨੇ ਫਰਮਾਇਆ, ਔਲਾਦ ਦਾ ਹੱਕ ਹੈ ਕਿ ਵਾਲਿਦੈਨ ਦਾ ਇੰਤਕਾਲ ਵਿਸਾਲ ਹੋ ਗਿਆ, ਆਪਣੇ ਵਾਲਿਦੈਨ ਵਾਸਤੇ ਬਖਸ਼ਿਸ਼ ਦੀਆਂ ਦੁਆਵਾਂ ਕਰੇ, ਮਗਫਰਤ ਦੀਆਂ ਦੁਆਵਾਂ ਕਰੇ। ਔਰ ਸਭ ਤੋਂ ਅਜ਼ੀਮ ਅਮਲ ਹੈ ਕਿ ਜਿਸ ਵਕਤ ਪੰਜ ਟਾਈਮ ਨਮਾਜ਼ ਪੜ੍ਹਨ ਵਾਲਾ ਹੋਵੇਗਾ, ਤਮਾਮ ਹਮਦੋ ਸਨਾ ਕਰਨ ਤੋਂ ਬਾਅਦ, ਹਜ਼ੂਰ ਦੀ ਜ਼ਾਤ ਤੇ ਦਰੂਦੋ ਸਲਾਮ ਪੜ੍ਹਨ ਤੋਂ ਬਾਅਦ, ਅੱਤਾ ਹਿਆਤ ਤੇ ਬਹਿ ਕੇ ਜਿਸ ਵਕਤ ਕਹੇਗਾ ਨਾ ਰੱਬਾ ਨਾ ਗਫਿਰ ਲੀ ਵਾਲੀ ਵਾਦੀ ਦਈਆ, ਅੱਲਾ ਮੇਰੇ ਵਾਲਿਦੈਨ ਦੀ ਬਖਸ਼ਿਸ਼ ਅਤਾ ਕਰ, ਮਾਲਿਕਾ ਮੇਰੇ ਵਾਲਿਦੈਨ ਦੀ ਬਖਸ਼ਿਸ਼ ਅਤਾ ਕਰ। ਜਿਸ ਵਕਤ ਔਲਾਦ ਨਮਾਜ਼ ਪੜ੍ਹਨ ਵਾਲੀ ਹੋਵੇ ਤੇ ਜ਼ਰਾ ਗੌਰ ਤੇ ਫਿਕਰ ਕਰੇ ਆ ਜੇ ਕਿ ਜਿਸ ਵਕਤ ਤਮਾਮ ਹਮਦੋ ਸਨਾ ਤੋਂ ਬਾਅਦ, ਹਜ਼ੂਰ ਦੀ ਜ਼ਾਤ ਤੇ ਦਰੂਦੋ ਸਲਾਮ ਪੜ੍ਹਨ ਤੋਂ ਬਾਅਦ, ਆਪਣੀ ਇੱਜ਼ਤ ਵਾਲੀ ਪਿਸ਼ਾਨੀ ਝੁਕਾਉਣ ਤੋਂ ਬਾਅਦ ਪੜ੍ਹੇਗਾ ਨਾ ਰੱਬਾ ਨਗਫਿਰਲੀ ਵਾਲੀ ਵਾਲਿਦੈ, ਅੱਲਾ ਮੇਰੇ ਵਾਲਿਦੈਨ ਦੀ ਬਖਸ਼ਿਸ਼ ਫਰਮਾ, ਮੇਰਾ ਕੀਦਾ ਹੀ ਮਾਣ ਹੈ, ਇਹ ਤੁਲੂ ਪੁੱਤਰ ਸਜਦੇ 'ਚ ਸਰ ਰੱਖੇਗਾ, ਉਹ ਤੁਲੂ ਅੱਲਾ ਨੇ ਵਾਲਿਦੈਨ ਦੀਆਂ ਕਬਰਾਂ 'ਤੇ ਕਰਮ ਫਰਮਾ ਛੱਡਣਾ ਹੈ। ਆਪਣੇ ਵਾਲਿਦੈਨ ਵਾਸਤੇ ਸਾਲੇ ਸਵਾਬ ਕਰੋ, ਆਪਣੇ ਵਾਲਿਦੈਨ ਵਾਸਤੇ ਨਮਾਜ਼ਾਂ ਪੜ੍ਹਿਆ ਕਰੋ। ਕੁਰਾਨ ਮੈਂ ਅਕਸਰ ਇੱਕ ਜੁਮਲਾ ਦੇਣਾ ਹੁੰਦਾ, ਬਾਬਾ ਜੀ ਗੁਨਾਹ ਵੈਸੇ ਗੁਨਾਹ ਹੈ, ਲੇਕਿਨ ਵਾਲਿਦੈਨ ਦਾ ਇੰਤਕਾਲ ਵਿਸਾਲ ਹੋ ਜਾਏ, ਔਲਾਦ ਗੁਨਾਹ ਦੇ ਕਰੀਬ ਵੀ ਨਾ ਜਾਏ ਕਿ ਕਿਤੇ ਮੇਰੇ ਗੁਨਾਹ ਦੀ ਅਮਲ ਦੀ ਵਜ੍ਹਾ ਤੋਂ ਮੇਰੇ ਵਾਲਿਦੈਨ ਦੀ ਪਕੜ ਨਾ ਹੋ ਜਾਏ। ਇਸ ਵਾਸਤੇ ਮਿਲਾਦ ਵਾਲੇ ਨਬੀ ਪਾਕ ਦੀ ਸ਼ਰੀਅਤ ਨੂੰ ਸਮਝੋ, ਪੈਗਾਮ ਨੂੰ ਸਮਝੋ, ਦਰਦ ਨੂੰ ਸਮਝੋ, ਕੁਰਾਨ ਪੜ੍ਹਨ ਵਾਲੇ ਹੋ ਜਾਓ, ਹਜ਼ੂਰ ਦੇ ਫਰਾਮੀਨ ਨੂੰ ਪੜ੍ਹੋ, ਆਪਣੀਆਂ ਔਲਾਦਾਂ ਨੂੰ। ਅੱਜ ਹਜ਼ੂਰ ਤਾਜਦਾਰ ਕਾਇਨਾਤ ਦੀ ਇੱਜ਼ਤ 'ਤੇ ਡਾਕਾ ਪੈ ਰਹੀ ਹੈ, ਸਾਨੂੰ ਪਤਾ ਕੋਈ ਨਹੀਂ, ਅਸੀਂ ਆਪਣੇ ਆਪਣੇ ਕੰਮਾਂ ਦੇ ਅੰਦਰ। ਆਪਣੀਆਂ ਔਲਾਦਾਂ ਨੂੰ ਦਰਸ ਦਿਓ ਕਿ ਮੇਰੇ ਮੁਸਤਫਾ ਤਾਜਦਾਰ ਕਾਇਨਾਤ ਅੱਲਾ ਦੀ ਆਖਰੀ ਜ਼ਮਾਨ ਨਬੀ ਨੇ, ਹਜ਼ੂਰ ਦੇ ਉੱਤੇ ਨਬੂਵਤ ਦਾ ਮਕਾਮ ਬੰਦ ਕਰ ਦਿੱਤਾ ਗਿਆ ਹੈ, ਇਹ ਮੋਹਰ ਲਗਾ ਕੇ ਸਾਈਆਂ ਦੱਸੀਆ ਕਿ ਨਹੀਂ, ਹਜ਼ੂਰ ਤੋਂ ਬਾਅਦ ਕੋਈ ਨਬੀ ਨਹੀਂ ਆ ਸਕਦਾ। ਅੱਲਾ ਨੇ ਆਪਣੇ ਹਬੀਬ ਤਾਜਦਾਰ ਕਾਇਨਾਤ ਦੇ ਉੱਤੇ ਨਬੂਵਤ ਦੇ ਮਕਾਮ ਨੂੰ ਬੰਦ ਫਰਮਾ ਛੜਿਆ, ਇਸ ਮਕਾਮ ਨੂੰ ਸਮਝੋ, ਇਹ ਮਕਾਮ ਕੋਈ ਮਾਮੂਲੀ ਮਕਾਮ ਨਹੀਂ, ਇਹ ਇਮਾਨ ਦਾ ਦਾਰੋ ਮਦਾਰ ਹੈ ਕਿ ਅਗਰ ਜ਼ਰਾ ਸਾਰੀ ਵੀ ਇਮਾਨ ਦੇ ਅੰਦਰ ਰੱਤੀ ਦੀ ਕਮਜ਼ੋਰੀ ਆ ਗਈ, ਹਜ਼ਰਤ ਦੁਨੀਆ ਵੀ ਤਬਾਹ ਹੋ ਜਾਣੀ, ਆਖਰਤ ਵੀ ਤਬਾਹ ਹੋ ਜਾਣੀ। ਫਿਤਨੇ ਦਾ ਦੌਰ ਹੈ, ਆਪਣੀ ਔਲਾਦ ਦੀ ਤਰਬੀਅਤ ਕਰੋ, ਕੁਰਾਨ ਪੜ੍ਹਾਓ, ਵਾਲਿਦੈਨ ਵਾਸਤੇ ਦਰਦ ਦੇ ਪੈਗਾਮ ਹੈ ਕਿ ਜਿੱਥੇ ਸਕੂਲ ਕਾਲਜ ਯੂਨੀਵਰਸਿਟੀ ਦਾ ਇਹਤਮਾਮ ਕੀਤਾ, ਉੱਥੇ ਅੱਛੇ ਉਸਤਾਦ ਦਾ ਇਹਤਮਾਮ ਕਰੋ ਕਿ ਬੱਚਿਆਂ ਨੂੰ ਅੱਛਾ ਕੁਰਾਨ ਪੜ੍ਹਾਇਆ ਜਾਏ। ਔਰ ਕੁਰਾਨ ਪੜ੍ਹਾਉਣ ਵਾਲਾ ਵੀ ਉਹ ਹੋਵੇ ਜਿਹੜਾ ਸਾਹਿਬ ਕੁਰਾਨ ਵੱਲ ਪਿਆਰ ਕਰਨ ਵਾਲਾ ਹੋਵੇ, ਜਿਹੜਾ ਸਾਹਿਬ ਕੁਰਾਨ ਦੇ ਮਕਾਮ ਨੂੰ ਸਮਝਣ ਵਾਲਾ ਹੋਵੇ।
اس واسطے اس تمام درد دے تمام پیغام نو سمجھو۔ اللہ کریم اے بٹی برادران نے جڑی سونی عظیم محفل پاک سجائی، اللہ کریم انہاں دے ڈیرے انہاں دے ویڑے دے اُتے اپنی رحمت دا نزول عطا فرمائے۔ جڑے انہاں دے بھائی جان دا انتقال ہویا، وصال ہویا، حضور دے میلاد دی محفل دا صدقہ انہاں دی کامل بخشش عطا فرمائے، جنت الفردوس دے اندر اللہ اعلی مقام عطا فرمائے۔ تمام جتنے بھی دور و نزدیک تو مہمان تشریف لے کے آئے، اللہ میرا ذکر کرنا ٹیاڑا سننا بارگاہ دے اندر قبول فرما کے اللہ کریم سانو برکتاں عطا فرمائے۔ آمین۔ وما علینا الا البلاغ المبین۔